ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਏਅਲ ਯੂਐਸਏ ਟੀਵੀ ਮੈਂ ਹਾਂ ਬਰਨ ਕੌਰ ਮਾਨ ਖਬਰਾਂ ਦੇ ਬਲਟਿਨ ਤੁਹਾਡਾ ਸਵਾਗਤ ਹੈ ਖਬਰਾਂ ਦੇ ਬਲਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਸ਼ੀਮਾ ਰੀਅਲ ਅਸਟੇਟ ਦੀ ਦੁਨੀਆ ਦੇ ਮਨਿਆ ਪਰ ਮਨਿਆ ਨਾਮ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ ਰਾਸ਼ਟਰਪਤੀ ਜੋ ਵਾਈਡਨ ਵੱਲੋਂ ਬਾਰਡਰ ਟੱਪ ਕੇ ਆਉਣ ਵਾਲਿਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਾਈਡਨ ਪ੍ਰਸ਼ਾਸਨ ਵੱਲੋਂ ਟਰੰਪ ਯੁੱਗ ਦੀ ਸ਼ਰਨਾਰਥੀਆਂ ਬਾਰੇ ਨੀਤੀ ਦਾ ਖਾਤਮਾ ਅਮਰੀਕਾ ਵਿੱਚ ਅਗਲੇ ਮਹੀਨੇ ਤੋਂ ਖੁੱਲ ਸਕਣਗੇ ਡਿਜ਼ਨੀ ਲੈਂਡ ਸਮੇਤ ਕੁਝ ਸਟੇਡੀਅਮ ਅਮਰੀਕੀ ਸਾਨਟ ਵਿੱਚ ਕੋਵਿਡ ਰਾਹਤ ਪੈਕੇਜ ਪਾਸ ਅਮਰੀਕਾ ਵਿੱਚ ਮਿਲਿਆ ਕਰੋਨਾ ਦਾ ਖਤਰਨਾਕ ਵੇਰੀਐਂਟ ਵਿਗਿਆਨੀਆਂ ਨੂੰ ਵੈਕਸੀਨ ਵੀ ਬੇਅਸਰ ਹੋਣ ਦਾ ਡਰ ਅਮਰੀਕਾ ਵੱਲੋਂ ਪਾਬੰਦੀਆਂ ਹਟਾਉਣ ਤੋਂ ਬਾਅਦ ਈਰਾਨ ਕਦਮ ਚੁੱਕਣ ਨੂੰ ਤਿਆਰ ਰੁਹਾਣੀ ਅਮਰੀਕੀ ਫੌਜ ਨੂੰ ਪਿੱਛੇ ਛੱਡ ਚੀਨ ਦੀ ਫੌਜ ਬਣੀ ਸਭ ਤੋਂ ਤਾਕਤਵਰ ਕੈਨੇਡਾ ਤਿਰੰਗਾਕਾਰ ਰੈਲੀ ਵਿੱਚ ਹਮਲਾ ਕਰਨ ਵਾਲਾ ਗ੍ਰਿਫਤਾਰ ਯੂਕੇ ਵਿੱਚ ਲੱਗੇਗਾ ਸਿੱਖ ਪਾਇਲਟ ਦਾ ਬੁੱਤ ਤਖਤਾ ਪਲਟ ਦੇ ਵਿਰੋਧ ਵਿੱਚ ਆਸਟ੍ਰੇਲੀਆ ਨੇ ਮਿਆ ਮਾਰ ਨਾਲ ਖਤਮ ਕੀਤਾ ਰੱਖਿਆ ਸਹਿਯੋਗ ਕੁਮਾਂਤਰੀ ਮਹਿਲਾ ਦਿਵਸ ਤੇ ਖੁਦ ਟਰੈਕਟਰ ਚਲਾ ਟਿੱਕਰੀ ਸਰਹੱਦ ਤੇ ਪਹੁੰਚੀਆਂ ਹਜ਼ਾਰਾਂ ਬੀਬੀਆਂ ਵੈਨਜ਼ੂਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ 올ਿਵੀਅਰ ਦਾਸੋਲਟ ਦੇ ਹੈਲੀਕਾਪਟਰ ਕ੍ਰੈਸ਼ ਚ ਮੌਤ ਰਾਸ਼ਟਰਪਤੀ ਨੇ ਜਤਾਇਆ ਸੋਗ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਵਾਈਡਨ ਪ੍ਰਸ਼ਾਸਨ ਟੈਕਸਾਸ ਦੀਆਂ ਦੋ ਸਹੂਲਤਾਂ ਨੂੰ ਬਦਲ ਦੇਵੇਗਾ ਜਿੱਥੇ ਨਜ਼ਰਬੰਦ ਪ੍ਰਵਾਸੀ ਪਰਿਵਾਰਾਂ ਨੂੰ ਐਲਿਸ ਆਈਲੈਂਡ ਸ਼ੈਲੀ ਦੇ ਹੁਣ ਤੇਜ਼ ਪ੍ਰੋਸੈਸਿੰਗ ਸੈਂਟਰਾਂ ਵਿੱਚ ਰੱਖਿਆ ਜਾਂਦਾ ਹੈ ਬਾਲਗ ਅਤੇ ਬੱਚੇ ਜੋ ਸਰਹੱਦ ਪਾਰ ਕਰਦੇ ਨੇ ਨੂੰ ਯੂਐਸ ਵਿੱਚ ਛੱਡਣ ਤੋਂ ਪਹਿਲਾਂ ਵੱਧ ਤੋਂ ਵੱਧ 72 ਘੰਟਿਆਂ ਲਈ ਰੱਖਿਆ ਜਾਵੇਗਾ ਰਾਸ਼ਟਰਪਤੀ ਦੀ ਚੋਣ ਲੜਦਿਆਂ ਜੋ ਵਾਈਡਨ ਨੇ ਨਜ਼ਰਬੰਦ ਪਰਿਵਾਰਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ ਇਸ ਦੌਰਾਨ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਸ਼ੁਰੂਆਤੀ ਯੋਜਨਾ ਹੈ ਕਿ ਦੱਖਣੀ ਟੈਕਸਾਸ ਵਿੱਚ ਦੋ ਸਹੂਲਤਾਂ ਨੂੰ ਤੇਜ਼ੀ ਨਾਲ ਪ੍ਰੋਸੈਸਿੰਗ ਸੈਂਟਰਾਂ ਵਿੱਚ ਬਦਲਿਆ ਜਾ ਰਿਹਾ ਹੈ ਇਸ ਦਾ ਉਦੇਸ਼ ਪ੍ਰਤੀ ਦਿਨ 100 ਪਰਿਵਾਰਾਂ ਦੀ ਸਕਰੀਨਿੰਗ ਕਰਨਾ ਹੈ ਇਸ ਸਾਲ ਯੂਐਸ ਮੈਕਸੀਕੋ ਸਰਹੱਦ ਤੇ ਪਹੁੰਚਣ ਵਾਲੇ ਗੈਰ ਕਾਨੂੰਨੀ ਨਾਬਾਲਗ ਤੇ ਪਰਿਵਾਰਾਂ ਦੀ ਗਿਣਤੀ 20 ਸਾਲਾਂ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਆਉਣ ਦੀ ਉਮੀਦ ਹੈ ਬਹੁਤ ਨੀਤੀਆਂ ਦਾ ਜੋ ਵਾਈਡਨ ਦਾ ਰੋਲ ਬੈਕ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਕਰ ਰਿਹਾ ਹੈ ਵਾਈਡਨ ਪ੍ਰਸ਼ਾਸਨ ਵੀ ਰਿਪਬਲਿਕਨਸ ਦੁਆਰਾ ਆਲੋਚਨਾ ਵੀ ਹੋ ਰਹੀ ਹੈ ਰਿਪਬਲਿਕਨਾਂ ਦਾ ਕਹਿਣਾ ਹੈ ਕਿ ਸਰਹੱਦ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਨਾਮ ਬਦਲ ਕੇ ਰਿਸੈਪਸ਼ਨ ਸੈਂਟਰ ਰੱਖਿਆ ਜਾਣਾ ਚਾਹੀਦਾ ਹੈ ਪਰ ਹਿਰਾਸਤ ਵਿੱਚ ਆਏ ਪ੍ਰਵਾਸੀ ਪਰਿਵਾਰਾਂ ਨਾਲ ਕੰਮ ਕਰਨ ਵਾਲੇ ਵਕੀਲਾਂ ਨੇ ਨਵੀਂ 72 ਘੰਟਿਆਂ ਦੀ ਰਿਹਾਇਸ਼ ਯੋਜਨਾਵਾਂ ਦਾ ਸਵਾਗਤ ਕੀਤਾ ਅਤੇ ਵਾਈਡਨ ਪ੍ਰਸ਼ਾਸਨ ਨੂੰ ਇਸ ਤਬਦੀਲੀ ਦਾ ਐਲਾਨ ਕਰਨ ਲਈ ਸਿਰਾਂ ਦਿੱਤਾ। ਉਹਨਾਂ ਨੇ ਕਿਹਾ ਕਿ ਛੋਟੀ ਨਜ਼ਰਬੰਦੀ ਦੀ ਬੱਚਿਆਂ ਲਈ ਨੁਕਸਾਨਦੇ ਹੋ ਸਕਦੀ ਹੈ। ਵਾਈਡਨ ਪ੍ਰਸ਼ਾਸਨ ਪਹਿਲਾਂ ਹੀ ਕਈ ਪਰਿਵਾਰਾਂ ਨੂੰ ਪਨਾਹ ਦੀ ਮੰਗ ਕਰ ਰਿਹਾ ਹੈ ਜਿਨ੍ਹਾਂ ਨੂੰ ਟੈਕਸਾਸ ਵਿੱਚ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਨਜ਼ਰਬੰਦ ਰੱਖਿਆ ਗਿਆ ਸੀ। ਆਪਣੀ ਸ਼ੁਰੂਆਤੀ ਦਿਨਾਂ ਵਿੱਚ ਜੋ ਸੰਯੁਕਤ ਰਾਜ ਮਾਰਕਸਿਕੋਂ ਦੀ ਸਰਹੱਦ ਪਾਰ ਕਰਦੇ ਨੇ, ਉਹਨਾਂ ਨੂੰ ਵਾਈਡਨ ਨੇ ਬਹੁਤ ਸਾਰੇ ਪਰਿਵਾਰਾਂ ਅਤੇ ਅਣਸੂਝੇ ਬੱਚਿਆਂ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਲਿਆਏ। ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਬਾਰਡਰ ਪਾਰ ਕਰਕੇ ਆਉਣ ਵਾਲੇ ਸ਼ਰਨਾਰਥੀਆਂ ਨੂੰ ਰੋਕ ਦਿੱਤਾ ਗਿਆ ਸੀ ਹੁਣ ਮੌਜੂਦਾ ਰਾਸ਼ਟਰਪਤੀ ਜੋ ਵਾਈਡਨ ਵੱਲੋਂ 트੍ਰੰਪ ਯੁੱਗ ਦੀ ਨੀਤੀ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਨੀਤੀ ਅਧੀਨ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲੇ ਦੀ ਆਗਿਆ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਡੋਨਾਲਡ 트੍ਰੰਪ ਨੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਮੈਕਸੀਕੋ ਵਿੱਚ ਹੀ ਰੋਕ ਦਿੱਤਾ ਜਾਂਦਾ ਸੀ ਅਤੇ ਉੱਥੇ ਰਹਿ ਕੇ ਸ਼ਰਨਾਰਥੀ ਅਮਰੀਕਾ ਵਿੱਚ ਕੇਸ ਅਪਲਾਈ ਕਰਦੇ ਸਨ ਉਸ ਸਮੇਂ ਦੌਰਾਨ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਮੌਕੇ ਨਕਸ਼ਿਕੋ ਦੇ ਬਾਰਡਰ ਦੇ ਨਜ਼ਦੀਕ ਟੈਂਟਾਂ ਵਿੱਚ ਰਹਿ ਕੇ ਆਪਣੇ ਕੇਸ ਅਮਰੀਕਾ ਵਿੱਚ ਲੜਦੇ ਸਨ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤੇ ਲੋਕ ਤਾਂ ਉੱਥੋਂ ਹੀ ਆਪਣੇ ਆਪ ਦੇਸ਼ਾਂ ਨੂੰ ਰਿਪੋਰਟ ਕਰ ਦਿੱਤੇ ਜਾਂਦੇ ਸਨ ਪਰ ਹੁਣ ਰਾਸ਼ਟਰਪਤੀ ਜੋ ਵਾਈਡਨ ਨੇ ਟਰੰਪ ਯੁੱਗ ਦੀ ਉਸ ਨੀਤੀ ਨੂੰ ਖਤਮ ਕਰ ਦਿੱਤਾ ਹੈ ਡੀ ਐਚ ਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਾਈਡਨ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਸੰਗਠਨਾ ਦੀ ਭਾਈਵਾਲੀ ਵਿੱਚ ਕੈਂਪ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਪੂਰੀ ਕਰ ਲਈ ਹੈ ਡੀ ਐਚ ਐਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਹੁਣ ਮੈਟਾਮੋਰਫਸ ਕੈਂਪ ਵਿੱਚ ਲੋਕਾਂ ਦੀ ਰਜਿਸਟਰੀ ਨਹੀਂ ਕਰ ਰਹੇ ਹਾਂ ਅਤੇ ਕੋਈ ਵੀ ਕੈਂਪ ਵਿੱਚ ਨਹੀਂ ਪਹੁੰਚੇਗਾ ਇਨ੍ਹਾਂ ਕੈਂਪਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਹੋਰ ਟਿਕਾਣਿਆਂ 'ਚ ਤਬਦੀਲ ਕਰ ਦਿੱਤਾ ਗਿਆ ਜੋ ਰਸਮੀ ਕੈਂਪ ਨਾਲੋਂ ਜ਼ਿਆਦਾ ਸੁਰੱਖਿਆ ਦਿੰਦੇ ਹਨ ਬਾਈਡਨ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਇਸ ਪ੍ਰੋਗਰਾਮ ਮਹੀਨ 25000 ਪ੍ਰਵਾਸੀਆਂ ਨੂੰ ਫਾਇਦਾ ਮਿਲੇਗਾ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਬੱਚੇ ਪਿਛਲੇ ਦਿਨਾਂ ਦੌਰਾਨ ਇੱਥੇ ਆਪਣੇ ਪਰਿਵਾਰਾਂ ਤੋਂ ਪਿਛੜ ਗਏ ਸਨ ਅਤੇ ਉਨ੍ਹਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਦਿਨੀ ਪਹਿਲੀ ਨੀਤੀ ਨੂੰ ਬਦਲਣ ਬਾਰੇ ਬਿਆਨ ਦਿੱਤਾ ਸੀ ਜਿਸ ਨੂੰ ਕਿ ਹੁਣ ਅਮਲੀ ਰੂਪ ਦੇ ਦਿੱਤਾ ਗਿਆ ਹੈ ਅਮਰੀਕਾ ਵਿੱਚ ਸਮੇਂ ਦੇ ਨਾਲ-ਨਾਲ ਕਰੋਨਾ ਦੀ ਲਾਗ ਵਿੱਚ ਗਰਾਵਟ ਆਉਣ ਕਰਕੇ ਨਿਯਮਾਂ ਵਿੱਚ ਢਿੱਲ ਕੀਤੀ ਜਾ ਰਹੀ ਹੈ ਇਸੇ ਹੀ ਢਿੱਲ ਤਹਿਤ ਕੈਲੀਫੋਰਨੀਆ ਰਾਜ ਵੱਲੋਂ ਐਲਾਨੇ ਗਏ ਨਵੇਂ ਨਿਯਮਾਂ ਅਨੁਸਾਰ ਡਿਜ਼ਨੀ ਲੈਂਡ ਨੂੰ ਅਗਲੇ ਮਹੀਨੇ ਤੋਂ ਦੁਬਾਰਾ ਖੋਲਣ ਦੀ ਆਗਿਆ ਦਿੱਤੀ ਜਾਵੇਗੀ ਨਵੇਂ ਨਿਯਮਾਂ ਤਹਿਤ 오ਰੇਂਜ ਕਾਉਂਟੀ ਨੂੰ ਰੈੱਡ ਟਾਇਰ ਵਿੱਚ ਤਬਦੀਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਇਹ ਪਾਰਕ 1 ਅਪ੍ਰੈਲ ਨੂੰ ਖੁੱਲ੍ਹ ਸਕਦਾ ਹੈ ਅਧਿਕਾਰੀਆਂ ਅਨੁਸਾਰ ਇਸ ਪਾਰਕ ਵਿੱਚ ਰਾਈਡਸ ਦੁਬਾਰਾ ਚਲਦੀਆਂ ਰਹਿਣਗੀਆਂ ਪਰ ਇੰਡੋਰ ਸੇਵਾਵਾਂ ਬੰਦ ਹੋਣਗੀਆਂ ਇਸ ਦੇ ਨਾਲ ਹੀ ਇਹ ਪਾਰਕ 15% ਸਮਰੱਥਾ ਨਾਲ ਕੰਮ ਕਰੇਗਾ ਤੇ ਸਿਰਫ ਕੈਲੀਫੋਰਨੀਆ ਦੇ ਵਸਨੀਕਾਂ ਨੂੰ ਹੀ ਇਸ ਵਿੱਚ ਜਾਣ ਦੀ ਆਗਿਆ ਹੋਵੇਗੀ ਮੌਜੂਦਾ ਸਮੇਂ ਦੱਖਣੀ ਕੈਲੀਫੋਰਨੀਆ ਦਾ ਜ਼ਿਆਦਾਤਰ ਹਿੱਸਾ ਜਿਸ ਵਿੱਚ ਡਿਜ਼ਨੀ ਲੈਂਡ ਪਾਰਕ ਦਾ ਖੇਤਰ ਆਨਾਹੇਮ ਵੀ ਸ਼ਾਮਲ ਹੈ ਵੱਧ ਪਾਬੰਦੀ ਵਾਲੇ ਜਾਮਨੀ ਪੱਤਰ ਵਿੱਚ ਹੈ ਡਿਸਨੀ لینڈ ਨੇ ਇਸ ਖਬਰ ਦਾ ਸਵਾਗਤ ਕੀਤਾ ਹੈ ਜੋ ਕਿ ਦੱਖਣੀ ਕੈਲੀਫੋਰਨੀਆ ਵਿੱਚ ਪਿਛਲੇ ਮਾਰਚ ਵਿੱਚ ਬੰਦ ਕੀਤਾ ਗਿਆ ਸੀ ਦੱਖਣੀ ਕੈਲੀਫੋਰਨੀਆ ਦੇ ਕਈ ਹੋਰ ਪ੍ਰਮੁੱਖ ਥੀਮ ਪਾਰਕ ਜਿਵੇਂ ਕਿ ਨਟਸ 베ਰੀ ਫਾਰਮ ਯੂਨੀਵਰਸਲ ਸਟੂਡੀਓ ਹਾਲੀਵੁੱਡ ਅਤੇ ਸਿਕਸ ਫਲੈਗਸ ਮੈਜਿਕ ਮਾਊਂਟੇਨ ਵੀ ਸੀਮਤ ਹਾਜ਼ਰੀ ਨੂੰ ਬੁਲਾਉਣ ਦੇ ਯੋਗ ਹੋਣਗੇ ਡਿਸਨੀ لینڈ ਤੋਂ ਇਲਾਵਾ ਰਾਜਦਾਰ ਡੋਜ਼ਰ ਸਟੇਡੀਅਮ ਅਤੇ ਐਂਜਲ ਸਟੇਡੀਅਮ ਵੀ ਸੀਮਤ ਪ੍ਰਸ਼ੰਸਕਾਂ ਨੂੰ ਆਗਿਆ ਦੇਵੇਗਾ ਕਿਉਂਕਿ ਅਗਲੇ ਮਹੀਨੇ بیسਬਾਲ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਮਰੀਕੀ ਸੰਸਦ ਦੇ ਉਪਰਾਲੇ ਸਦਨ ਨੇ 1.9 ਖਰਬ ਡਾਲਰ ਦਾ ਕੋਵਿਡ-19 ਰਾਹਤ ਪੈਕੇਜ ਪਾਸ ਕਰ ਦਿੱਤਾ ਹੈ ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੇ ਵੋਟਾਂ ਦੇ ਹਲਕੇ ਫਰਕ ਨਾਲ ਰਾਹਤ ਪੈਕੇਜ ਪਾਸ ਕੀਤਾ ਇਹ ਦੇਰ ਰਾਤ ਖਤਮ ਹੋਇਆ ਸੈਸ਼ਨ 24 ਤੋਂ ਵੱਧ ਘੰਟੇ ਚੱਲਿਆ ਪੈਕੇਜ ਦੇ ਹੱਕ ਵਿੱਚ 50 ਤੇ ਵਿਰੋਧ ਵਿੱਚ 49 ਵੋਟਾਂ ਪਈਆਂ ਇਸ ਤੋਂ ਪਹਿਲਾਂ ਸਾਨਟ ਵਿੱਚ ਘੱਟ ਗਿਣਤੀ ਆਗੂ ਮਿਚ ਮੈਕਨੋਨਲ ਨੇ ਸਦਨ ਨੂੰ ਮੁਲਤਵੀ ਕਰਨ ਦਾ ਮਤਾ ਰੱਖਿਆ ਜਿਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਇਸ ਤੋਦੇ ਗਏ ਪੈਕੇਜ ਤਹਿਤ ਸਤੰਬਰ ਮਹੀਨੇ ਤੋਂ ਲੈ ਕੇ ਲੋਕਾਂ ਨੂੰ ਪ੍ਰਤੀ ਹਫ਼ਤਾ 370 ਤਰ੍ਹਾਂ ਦਾ ਬੇਰੁਜ਼ਗਾਰੀ ਪੱਤਾ ਲਾਬ ਦਿੱਤਾ ਜਾਵੇਗਾ ਕੁਝ ਵਰਕਰਾਂ ਨੂੰ ਟੈਕਸ ਵਿੱਚ ਵੀ ਰਾਹਤ ਦਿੱਤੀ ਗਈ ਹੈ ਇਹ ਰਾਹਤ ਪੈਕੇਜ ਨਵੀਂ ਸਰਕਾਰ ਲਈ ਵੱਡੀ ਚੁਣੌਤੀ ਸੀ ਇਸ ਤਹਿਤ ਕੋਰੋਨਾ ਕਾਰਨ ਪ੍ਰਭਾਵਿਤ ਛੋਟੇ ਕਾਰੋਬਾਰਾਂ ਨੂੰ ਵੀ ਮਦਦ ਦਿੱਤੀ ਜਾਵੇਗੀ ਪੈਕੇਜ ਉੱਤੇ ਬਹਿਸ ਦੌਰਾਨ ਕੁਝ ਰਿਪਬਲਿਕਨਾਂ ਨੇ ਇਸ ਨੂੰ ਇੱਕ ਪਾਸੜ ਤੇ ਬੇहद ਮਹਿੰਗਾ ਘਰਾੜ ਦਿੱਤਾ ਉਹਨਾਂ ਬਜਟ ਘਟਾਉਣ ਦੀ ਮੰਗ ਕੀਤੀ ਜਦਕਿ ਡੈਮੋਕ੍ਰੇਟਾਂ ਨੇ ਮਹਾਮਾਰੀ ਕਾਰਨ ਚੰਬੇ ਕਾਰੋਬਾਰਾਂ ਤੇ ਪਰਿਵਾਰਾਂ ਨੂੰ ਫੌਰੀ ਮਦਦ ਦੇਣ ਦਾ ਪ੍ਰਮੁੱਖ ਪੱਖ ਪੂਰਿਆ ਵੈਜ ਸਟ੍ਰਾਂਡ ਦੇਸ਼ ਪੱਤਰ ਤੇ ਘੱਟੋ-ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਕਰਨ ਦਾ ਵਿਰੋਧ ਕੀਤਾ ਗਿਆ ਇਸ ਬਾਰੇ ਮਤਾ ਵਰਨੀਸ ਐਂਡਰਸ ਨੇ ਪੇਸ਼ ਕੀਤਾ ਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਘੱਟੋ-ਘੱਟ ਤਨਖਾਹ ਵਧਾਉਣਾ ਰਾਹਤ ਬਜਟ ਨੂੰ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੈਕੇਜ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ कोरोना वायरस ਨੂੰ ਲੈ ਕੇ ਰੋਜ਼ਾਨਾ ਨਵੀਆਂ ਚਿੰਤਾਵਾਂ ਸਾਹਮਣੇ ਆ ਰਹੀਆਂ ਨੇ ਹਾਲ ਹੀ ਵਿੱਚ ਅਮਰੀਕਾ ਦੇ ਉਰੀਗਾਂਚ ਬ੍ਰਿਟੇਨ ਚ ਮਿਲੇ ਵਾਇਰਸ ਦਾ ਨਵਾਂ ਵੇਰੀਐਂਟ ਮਿਲਿਆ ਹੈ ਜੋ ਹੋਰ ਵੀ ਜ਼ਿਆਦਾ ਖਤਰਨਾਕ ਹੈ ਇਹ ਰੂਪ ਇੱਕ ਨਵੇਂ ਮਿਊਟੇਸ਼ਨ ਨਾਲ ਮਿਲ ਗਿਆ ਹੈ ਜਿਸ ਦੇ ਚੱਲਦੇ ਇਸ ਤੇ ਵੈਕਸੀਨ ਦਾ ਪ੍ਰਭਾਵ ਘੱਟ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਜਾਣਕਾਰਾਂ ਨੇ ਲੋਕਾਂ ਨੂੰ ਹੋਰ ਸਾਵਧਾਨਤ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਬੁਨਿਆਦੀ ਸਾਵਧਾਨੀਆਂ ਦਾ ਪਾਲਣਾ ਕਰਨ ਲਈ ਕਿਹਾ ਖੋਜਕਰਤਾਵਾਂ ਨੂੰ ਹੁਣ ਤੱਕ ਅਜੇ ਕੰਬੀਨੇਸ਼ਨ ਵਾਲਾ ਇੱਕ ਹੀ ਮਾਮਲਾ ਮਿਲਿਆ ਹੈ ਪਰ ਜੈਨੇਟਿਕ ਵਿਸ਼ਲੇਸ਼ਣ ਮੁਤਾਬਕ ਕਿ ਵੇਰੀਐਂਟ ਸਮੂਹਾਂ ਚ ਫੈਲਿਆ ਹੈ ਕਿਸੇ ਇੱਕ ਵਿਅਕਤੀ ਚ ਤਿਆਰ ਨਹੀਂ ਹੋਇਆ ਬ੍ਰਿਟੇਨ ਚ ਮਿਲੇ V1117 ਅਮਰੀਕਾ ਚ ਤੇਜ਼ੀ ਨਾਲ ਫੈਲ ਰਿਹਾ ਹੈ ਵਾਇਰਸ ਦਾ ਇਹ ਰੂਪ ਵਧੇਰੇ ਇਨਫੈਕਟਿਡ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਚ ਇਸ ਨਵੇਂ ਵੇਰੀਐਂਟਸ ਦੇ ਚਲਦੇ ਅਮਰੀਕਾ ਚ ਸਭ ਤੋਂ ਵਧੇਰੇ ਮਾਮਲੇ ਮਿਲਣਗੇ ਔਰ ਇਕਾਨ ਵਿੱਚ ਮਿਲੇ ਨਵੇਂ ਰੂਪ ਚ ਇਸ ਤਰ੍ਹਾਂ ਦੀ ਚੀਜ਼ ਨਾਲ ਇੱਕ ਪਿਊਟੇਸ਼ਨ ਵੀ ਸ਼ਾਮਲ ਹੈ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਇਰਾਨ ਵਿਰੁੱਧ ਲਗੀਆਂ ਆਰਥਿਕ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਉਹਨਾਂ ਦਾ ਦੇਸ਼ ਵਿਸ਼ਵ ਸ਼ਕਤੀਆਂ ਨਾਲ 2015 ਛੋਏ ਪ੍ਰਮਾਣੂ ਸਮਝੌਤੇ ਦੇ ਉਪਾਅ ਤਹਿਤ ਕਦਮ ਚੁੱਕਣ ਲਈ ਤਿਆਰ ਹੈ ਆਇਰਲੈਂਡ ਦੇ ਵਿਦੇਸ਼ ਮੰਤਰੀ ਸਾਈਮਨ ਕੇਵਿਨੀ ਨਾਲ ਇੱਕ ਮੀਟਿੰਗ ਵਿੱਚ ਰੁਹਾਨੀ ਨੇ ਕਿਹਾ ਕਿ ਅਮਰੀਕੀ ਪਾਬੰਦੀਆਂ ਨੂੰ ਹਟਾਏ ਜਾਣ ਅਤੇ ਦਬਾਅ ਦੀ ਨੀਤੀ ਛੱਡੇ ਜਾਣ ਤੋਂ ਬਾਅਦ ਇਰਾਨ ਪ੍ਰਮਾਣੂ ਸਮਝੌਤੇ ਤੇ ਆਧਾਰਿਤ ਮੁਆਵਜ਼ੇ ਦੇ ਉਪਾਅ ਨੂੰ ਤੁਰੰਤ ਸ਼ੁਰੂ ਕਰਾਂਗਾ ਅਤੇ ਆਪਣੇ ਵਚਨਬੱਧਤਾ ਨੂੰ ਪੂਰਾ ਲਈ ਤਿਆਰ ਹਨ ਰੋਹਾਨੀ ਨੇ ਇਤਿਹਾਸਕ ਪ੍ਰਮਾਣੂ ਸਮਝੌਤੇ ਤੇ ਦਸਤਖਤ ਕਰਨ ਵਾਲੀ ਯੂਰੋਪੀਅਨ ਦੇਸ਼ਾਂ ਦੀ ਅਲੋਚਨਾ ਕੀਤੀ ਅਤੇ ਇਸ ਨੂੰ ਸਮਝੌਤੇ ਲਈ ਉਹਨਾਂ ਦੀ ਫੋਚਨ ਬਦਤਾਵਾ ਤੇ ਉਹਨਾਂ ਨੂੰ ਅਸਫਲ ਕਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਤਹਿਰਾਨ ਇੱਕ ਅਜਿਹਾ ਦੇਸ਼ ਹੈ ਜਿਸ ਨੇ ਸਮਝੌਤੇ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਿਆ 2018 ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਪਰਮਾਣੂ ਸਮਝੌਤੇ ਨਾਲ ਅਮਰੀਕਾ ਨੂੰ ਇੱਕ ਪਾਸੜ ਰੂਪ ਨਾਲ ਵੱਕਰ ਲਿਆ ਸੀ ਉਕਤ ਸਮਝੌਤਿਆਂ ਚ ਤਹਿਰਾਨ ਨੇ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਆਪਣੇ ਭੰਡਾਰਾਂ ਨੂੰ ਸੀਮਤ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਸੀ ਜਦ ਅਮਰੀਕਾ ਨੇ ਕੁਝ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕੀਤਾ ਤੇ ਹੋਰ ਪਾਬੰਦੀਆਂ ਵੀ ਲਾਈਆਂ ਤਾਂ ਈਰਾਨ ਨੇ ਪਰਮਾਣੂ ਵਿਕਾਸ ਨੂੰ ਲੈ ਕੇ ਸਮਝੌਤੇ ਦੀਆਂ ਸਰਹੱਦਾਂ ਨੂੰ ਹੌਲੀ-ਹੌਲੀ ਛਾੜ ਅਮਰੀਕਾ ਨੂੰ ਪਿੱਛੇ ਛੱਡ ਕੇ ਚੀਨ ਦੁਨੀਆ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਤਾਕਤ ਬਣ ਗਿਆ ਹੈ ਹੁਣ ਚੀਨੀ ਸਮੁੰਦਰੀ ਫੌਜ ਵਿੱਚ ਜਿੰਨੇ ਜੰਗੀ ਵੇੜੇ ਅਤੇ ਪੰ ਡੁੱਬੀਆਂ ਸ਼ਾਮਲ ਨੇ ਉਹਨੇ ਤਾਂ ਅਮਰੀਕਾ ਕੋਲ ਵੀ ਨਹੀਂ ਹਾਲਾਂਕਿ ਇਹਨੇ ਹਥਿਆਰ ਹੋਣ ਦੇ ਬਾਵਜੂਦ ਉਹਨਾਂ ਦੀ ਜੰਗੀ ਸਮਰੱਥਾ ਦੁਨੀਆ ਦੇ ਕਈ ਦੇਸ਼ਾਂ ਤੋਂ ਘਾਟ ਹੈ ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜੀਨਪਿੰਗ ਵਿੱਚ ਕੁਝ ਸਾਲ ਪਹਿਲਾਂ ਆਪਣੀ ਸਮੁੰਦਰੀ ਫੌਜ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਦਾ ਚੱਲਿਆ ਸੀ ਸਾਲ 2018 ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੀ ਸਾਮ੍ਰਿਕ ਤਾਕਤ ਦਾ ਪ੍ਰਦਰਸ਼ਨ ਕੀਤਾ ਇਸ ਵਿੱਚ ਇਕੱਠੇ 48 ਜੰਗੀ ਵੇਲੇ ਦਰਜਨਾਂ ਲੜਾਕੂ ਜਹਾਜ਼ ਅਤੇ 10000 ਤੋਂ ਵੱਧ ਸਮੁੰਦਰੀ ਫੌਜ ਦੇ ਜਵਾਨ ਸ਼ਾਮਲ ਹੋਏ ਸਨ US ਆਫਿਸ ਆਫ ਨੇਵਲ ਇੰਟੈਲੀਜੈਂਸ ਮੁਤਾਬਕ 2020 ਤੱਕ ਸਮੁੰਦਰ ਵਿੱਚ ਚੀਨ ਨੇ 360 ਤੋਂ ਵੱਧ ਜੰਗੀ ਬੇੜੀਆਂ ਦੀ ਤਾਇਨਾਤੀ ਕਰ ਚੁੱਕਿਆ ਹੈ ਜੋ ਉਸ ਨੂੰ ਸਭ ਤੋਂ ਤਾਕਤਵਰ ਸਮੁੰਦਰੀ ਤਾਕਤ ਬਣਾਉਂਦਾ ਹੈ ਅਮਰੀਕਾ ਨੇਵੀ ਦਾ ਇਹ ਖੁਲਾਸਾ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ ਚੀਨ ਜਿਸ ਤਰੀਕੇ ਨਾਲ ਰੱਖਿਆ ਖੇਤਰ ਵਿੱਚ ਪੈਸੇ ਖਰਚ ਕਰ ਰਿਹਾ ਹੈ ਉਸ ਦੀ ਵਿਸਤਾਰਵਾਦੀ ਨੀਤੀ ਆਉਣ ਵਾਲੇ ਵੇਲੇ ਵਿੱਚ ਦੁਨੀਆ ਨੂੰ ਜੰਗ ਵਿੱਚ ਪਾ ਸਕਦੀ ਹੈ ਚੀਨ ਪਹਿਲਾਂ ਤੋਂ ਹੀ ਜਹਾਜ਼ ਨਿਰਮਾਣ ਦੀ ਕਲਾ ਵਿੱਚ ਮਾਹਿਰ ਸੀ ਸਾਲ 2015 ਵਿੱਚ ਚੀਨੀ ਸਮੁੰਦਰੀ ਫੌਜ ਨੇ ਆਪਣੀ ਤਾਕਤ ਨੂੰ ਅਮਰੀਕੀ ਸਮੁੰਦਰੀ ਫੌਜ ਦੇ ਬਰਾਬਰ ਕਰਨ ਲਈ ਵਿਆਪਕ ਮਹਿੰਮ ਚਲਾਈ ਸੀ ਚੀਨ ਨੂੰ ਅੱਗੇ ਦੇਖੇ ਅਮਰੀਕੀ ਨੇ ਵੀ ਆਉਣ ਵਾਲੇ ਵਿਲੇ ਵਿੱਚ ਆਪਣੀ ਜੰਗੀ ਬੇੜੀਆਂ ਦੀ ਗਿਣਤੀ 297 ਤੋਂ 355 ਵਿਚਾਲੇ ਕਰਨ ਦੀ ਯੋਜਨਾ ਵਿੱਚ ਲੱਗ ਗਏ ਕੈਨੇਡਾ ਵਿੱਚ ਤਿਰੰਗਾ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ 28 ਫਰਵਰੀ ਨੂੰ ਆਯੋਜਿਤ ਤਿਰੰਗਾ ਮੇਪਲ ਕਾਰ ਰੈਲੀ ਦੌਰਾਨ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਾਲੇ ਕੁਝ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਨੇ অন্ਟਾਰੀਓ ਪੁਲਿਸ ਮੁਤਾਬਕ 28 ਫਰਵਰੀ ਨੂੰ ਸ਼ਾਮ 4 ਵਜੇ ਬ੍ਰੈਮਟਨ ਵਿੱਚ ਰੈਲੀ 'ਚ ਸ਼ਾਮਲ ਬੀਬੀ ਦੀ ਕਾਰ ਸਾਹਮਣੇ ਅਚਾਨਕ ਇੱਕ ਸ਼ਖਸ ਆ ਗਿਆ ਇਸ ਮਗਰੋਂ ਬੀਬੀ ਅਤੇ ਉਸਦੇ ਪਤੀ ਨਾਲ ਉਸਦੀ ਬਹਿਸ ਹੋਣ ਲੱਗੀ ਅਤੇ ਉਸ ਸ਼ਖਸ ਨੇ ਬੀਬੀ ਤੇ ਹਮਲਾ ਕਰ ਦਿੱਤਾ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਸ਼ਖਸ ਦੀ ਪਛਾਣ ਉਜਾਗਰ ਨਹੀਂ ਕੀਤੀ ਉਸਦੀ ਉਮਰ 27 ਸਾਲ ਹੈ ਅਤੇ ਉਹ ਗ੍ਰੇਟਰ ਟੋਰਾਂਟੋ ਦਾ ਖੇਤਰ ਦਾ ਰਹਿਣ ਵਾਲਾ ਹੈ ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ਵਿੱਚ ਐਤਵਾਰ ਨੂੰ ਤਿਰੰਗਾ ਮੈਪਲ ਕਾਰ ਰੈਲੀ ਦਾ ਯੋਜਨ ਕੀਤਾ ਗਿਆ ਇਸ ਰੈਲੀ ਵਿੱਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਇਸ ਰੈਲੀ ਦੌਰਾਨ ਹਿੰਸਾ ਪੜਗ ਗਈ ਜਿਸ ਦੇ ਵੀਡੀਓ ਵੀ ਮਿਲੇ ਹਿੰਸਾ ਦੀ ਇਹ ਘਟਨਾ ਜਿਹੇ ਸਮੇਂ ਵਿੱਚ ਸਾਹਮਣੇ ਆਈ ਜਦੋਂ ਭਾਰਤ ਵਿੱਚ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਬੋਲਣ ਵਾਲੇ ਲੋਕਾਂ ਨੂੰ ਧਮਕੀ ਦੇਣ ਦੀਆਂ ਖਬਰਾਂ ਮਿਲੀਆਂ ਸਨ ਇੰਗਲੈਂਡ ਦੇ بندرگاہ ਸ਼ਹਿਰ ਸਾਊਥ ਹੈਪਟਨ ਵਿੱਚ ਵਿਸ਼ਵ ਯੁੱਧ ਵਿੱਚ ਲੜੇ ਸਮੂੱਚੇ ਭਾਰਤੀਆਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਵਿੱਚ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਲੜਾਕੂ ਜਹਾਜ਼ ਤੇ ਸਿੱਖ ਪਾਇਲਟ ਹਰਦਤ ਸਿੰਘ ਮਲਿਕ ਤੇ ਸਥਾਪਿਤ ਕੀਤੇ ਜਾਣ ਵਾਲੇ ਬੁੱਤ ਦੇ ਡਿਜ਼ਾਈਨ ਨੂੰ ਮਨਜ਼ੂਰੀ ਮਿਲ ਗਈ ਹੈ ਹਰਦਤ ਸਿੰਘ ਮਲਿਕ ਪਹਿਲੀ ਵਾਰ 1980 ਵਿੱਚ 14 ਸਾਲ ਦੀ ਉਮਰ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਬੈਲੀਓਲ ਕਾਲਜ ਵਿੱਚ ਪਹੁੰਚੇ ਸਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਰਾਇਲ ਫਲਾਈਂਗ ਕੋਰ ਦੇ ਮੈਂਬਰ ਬਣੇ ਉਹ ਪਹਿਲੇ ਭਾਰਤੀ ਅਤੇ ਵਿਸ਼ੇਸ਼ ਹੈਲਮਟ ਨਾਲ ਦਸਤਾਰ ਵਾਲੇ ਪਾਇਲਟ ਸਨ ਜੋ ਫਲਾਈਂਗ ਸਿੱਖ ਵਜੋਂ ਮਸ਼ਹੂਰ ਹੋਏ ਵਨ ਕਮਿਊਨਿਟੀ ਹੈਪਸ਼ਾਇਰ ਐਂਡ ਡੋਰਸੈਟ ਨੇ ਯਾਦਗਾਰ ਸਥਾਪਿਤ ਕਰਨ ਦੀ ਮਹਿੰਮ ਚਲਾਈ ਇਸ ਯਾਦਗਾਰ ਨੂੰ ਪਿਤੇ ਸਾਲ ਸਾਊਥ ਹੈਪਟਨ ਸਿਟੀ ਕਾਉਂਸਲ ਵੱਲੋਂ ਪ੍ਰਵਾਨਗੀ ਦਿੱਤੀ ਗਈ ओसीएचडी ਨੇ ਕਿਹਾ ਪਹਿਲੇ ਵਿਸ਼ਵ ਯੁੱਧ ਦੇ ਨਾਇਕ ਖਰਦਤ ਸਿੰਘ ਮਲਕ ਦਾ ਪੁੱਤ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਵਰਤਾਨਵੀ ਹਥਿਆਰਬੰਦ ਬਲਾਂ ਵਿੱਚ ਪੂਰੇ ਸਿੱਖ ਪਾਈਚਾਰੇ ਦੇ ਯੋਗਦਾਨ ਦਾ ਪ੍ਰਤੀਕ ਰਹੇਗਾ ਮਲਿਕ ਨੇ ਸੈਕਸਲੇ ক্রিকেট ਵੀ ਖੇਡੀ ਅਤੇ ਭਾਰਤੀ ਸਿਵਲ ਸੇਵਾ ਵਿੱਚ ਲੰਬੇ ਸਮੇਂ ਤੇ ਵਿਸ਼ੇਸ਼ ਕਰੀਅਰ ਮਗਰੋਂ ਫਰਾਂਸ ਵਿੱਚ ਭਾਰਤੀ ਰਾਜਦੂਤ ਵੀ ਰਹੇ ਹਾਲਾਂਕਿ ਉਹਨਾਂ ਨੂੰ 1917-19 ਦੌਰਾਨ ਲੜਾਕੂ ਜਹਾਜ਼ ਲਈ ਇੱਕ ਪਾਇਲਟ ਵਜੋਂ ਵੱਧ ਜਾਣਿਆ ਜਾਂਦਾ ਹੈ ਮਿਆਮਾਰ ਵਿੱਚ ਹੋਏ ਮਿਲਟਰੀ ਤਖਤਾ ਪਲਟ ਅਤੇ ਇਥੇ ਆਸਟ੍ਰੇਲੀਆਈ ਨਾਗਰਿਕ ਨੂੰ ਹਿਰਾਸਤ ਵਿੱਚ ਰੱਖੇ ਜਾਣ ਦੇ ਕਾਰਨ ਆਸਟ੍ਰੇਲੀਆ ਨੇ ਮਿਆਮਾਰ ਨਾਲ ਰਿਸ਼ਤਾ ਸੋ ਇਹ ਖਤਮ ਕਰ ਦਿੱਤਾ ਇਸ ਦੇ ਨਾਲ ਹੀ ਮਿਲਟਰੀ ਸਰਕਾਰ ਨੂੰ ਮਨੁੱਖੀ ਮਦਦ ਨਾ ਦੇਣ ਦਾ ਫੈਸਲਾ ਲਿਆ ਹੈ ਵਿਦੇਸ਼ ਮੰਤਰੀ ਮੈਰੀਜ਼ ਪਾਈਨੇ ਨੇ ਸੋਮਵਾਰ ਨੂੰ ਕਿਹਾ ਕਿ ਆਰਥਿਕ ਨੀਤੀ ਸਲਾਹਕਾਰ ਸੀਨ ਟਰਨੇਲ ਨੂੰ ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਮਗਰੋਂ ਆਸਟ੍ਰੇਲੀਆ ਦੇ ਡਿਪਲੋਮਾਟਾਂ ਨੂੰ ਉਹਨਾਂ ਤੱਕ ਸੀਮਤ ਪਹੁੰਚਾਈ ਦਿੱਤੀ ਗਈ ਹੈ ਪਾਈਨੇ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਅਸੀਂ ਪ੍ਰੋਫੈਸਰ ਸੀਨ ਟਰਨੇਲ ਦੀ ਰਿਹਾਈ ਦੀ ਮੰਗ ਕਰਦੇ ਹਾਂ ਆਸਟ੍ਰੇਲੀਆ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਮਿਆ ਮਾਰਟ ਦੇ ਨਾਲ ਰੱਖਿਆ ਸਿਖਲਾਈ ਪ੍ਰੋਗਰਾਮ ਨੇ ਮੁੱਤਲ ਕਰਦਾ 23 ਤੇ 5 ਸਾਲ ਦੇ ਅੰਦਰ ਕਰੀਬ 15 ਲੱਖ ਆਸਟ੍ਰੇਲੀਆਈ ਡਾਲਰ ਦਾ ਖਰਚਾ ਆਉਣਾ ਸੀ ਇਹ ਪ੍ਰੋਗਰਾਮ ਗੈਰ ਲੜਾਈ ਵਾਲੇ ਖੇਤਰਾਂ ਵਿੱਚ ਸਿਰਫਾਈ ਤੱਕ ਸੀਮਿਤ ਸੀ ਪਾਇਨੇ ਨੇ ਕਿਹਾ ਕਿ ਆਸਟ੍ਰੇਲੀਆ ਵੱਲੋਂ ਮਿਆ ਮਾਰ ਨੂੰ ਮਿਲਣ ਵਾਲੀ ਮਨੁੱਖੀ ਮਦਦ ਮਿਆ ਮਾਰ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਂ ਦੇ ਕੇ ਉੱਥੋਂ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਅਤੇ ਗਰੀਬ ਲੋਕਾਂ ਦੀਆਂ ਲੋੜਾਂ ਪੂਰਾ ਕਰਨ ਤੇ ਖਰਚ ਕੀਤਾ ਜਾਵੇਗਾ ਇਨਾ ਲੋਕਾਂ ਵਿੱਚ ਰੋਹਿੰਗਿਆ ਭਾਈਚਾਰਾ ਤੇ ਹੋਰ ਨਸਲੀ ਘਟਕਣਤੀ ਲੋਕ ਵੀ ਸ਼ਾਮਲ ਹਨ ਗੌਰਤਲਬ ਹੈਗੀ ਟਰਨੇਲ ਆਂਗਸਾਨ ਸੁੱਕੀ ਦੀ ਸਰਕਾਰ ਇਸਲਾਹ ਕਰਦਾ ਅਹੁਦਾ ਸੰਭਾਲਣ ਲਈ ਆਸਟ੍ਰੇਲੀਆ ਤੋਂ ਇੱਥੇ ਆਏ ਸਨ ਪਰ ਕੁਝ ਹੀ ਹਫ਼ਤਿਆਂ ਵਿੱਚ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਹਰਿਆਣਾ ਦੀਆਂ ਲਗਭਗ 40 ਹਜ਼ਾਰ ਬੀਬੀਆਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਿੱਕਰੀ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਪਹੁੰਚੀਆਂ ਉਹਨਾਂ ਚੋਂ ਇੱਕ ਬੀਬੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਹਾਂ ਸਾਡੀ ਕੇਂਦਰ ਸਰਕਾਰ ਤੋਂ ਅਪੀਲ ਹੈ ਕਿ ਉਹ ਤਿੰਨੋਂ ਕਾਲੇ ਕਾਨੂੰਨ ਵਾਪਸ ਲਵੇ ਦਸਣ ਯੋਗ ਹੈ ਕਿ ਟਿੱਕਰੀ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਦੇ ਕਿਸਾਨ ਲਗਭਗ 100 ਦਿਨਾਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹ ਸਾਰੀਆਂ ਬੀਬੀਆਂ ਟਰੈਕਟਰ ਟਰਾਲੀ 'ਚ ਬੈਠ ਕੇ ਦਿੱਲੀ ਦੀ ਸਰਹੱਦ ਤੇ ਪਹੁੰਚੀਆਂ ਜਿਨ੍ਹਾਂ ਚੋਂ ਕਈਆਂ ਨੇ ਖੁਦ ਟਰੈਕਟਰ ਚਲਾਇਆ ਅਤੇ ਮਹਿਲਾ ਦਿਵਸ ਮੌਕੇ ਧਰਨਾ ਪ੍ਰਦਰਸ਼ਨ ਸਥਾਨ ਤੇ ਇਹ ਬੀਬੀਆਂ ਸਰਕਾਰ ਨੂੰ ਚੁਣੌਤੀਆਂ ਦੇਣਗੀਆਂ ਆ ਲੈਣ ਕੱਟਦੇ ਹੋ ਦੇਣਗੀਆਂ ਕਿਉਂਕਿ ਹੋਊਗਾ ਦੇ ਫਿਊਚਰ ਦੀ ਗੱਲ ਨਾ ਹੋ ਚੁੱਕਿਆ ਹੋਣਾ ਸਵੇਰ ਤੱਕ ਬੀਬੀਆਂ ਦੇ ਟਿਕਰੀ ਸਰਹੱਦ ਤੇ ਆਉਣ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਤੀ ਅਤੇ ਸਾਡੇ ਜੀਵਨ 'ਚ ਬੀਬੀਆਂ ਦੀ ਭੂਮਿਕਾ ਨੂੰ ਸਵੀਕਾਰ ਕਰਨਾ ਅਤੇ ਇਸ ਦਿਵਸ ਨੂੰ ਮਨਾਉਣ ਲਈ ਇੱਥੇ ਪੂਰੀ ਵਿਵਸਥਾ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਜਨਤਾਨੀਆਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੀਆਂ ਨੇ ਉਸ ਤੋਂ ਬਾਅਦ ਆਪਣੇ ਘਰਾਂ ਅਤੇ ਖੇਤੀ ਦੀ ਦੇਖਭਾਲ ਲਈ ਵਾਪਸ ਘਰ ਵੀ ਪਰਤਦੀਆਂ ਨੇ ਸਾਊਥ ਅਮਰੀਕਾ ਮਹਾਦੀਪ ਦਾ ਦੇਸ਼ ਵੈਨਜ਼ੁਏਲਾ ਦੁਨੀਆ ਦਾ ਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ 10 ਲੱਖ ਦਾ ਨੋਟ ਜਾਰੀ ਕੀਤਾ ਹੈ ਦਾ ਰਸਲ ਭਿਆਨਕ ਆਰਥਿਕ ਸੰਕਟਕਰਨ ਵੈਨਜ਼ੁਏਲਾ ਨੂੰ ਜਿਹਾ ਕਰਨਾ ਪਿਆ ਵੈਨਜ਼ੁਏਲਾ ਨੇ ਸ਼ਨੀਵਾਰ ਨੂੰ ਵਾਦੀ ਮਹਿੰਗਾਈ ਨਾਲ ਨਜ਼ਿਰਟਲੇ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ 10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕਾ ਡਾਲਰ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ ਜੇਕਰ ਦੇਖਿਆ ਜਾਵੇ ਤਾਂ ਇੰਨੇ ਰੁਪਏ ਵਿੱਚ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਅੱਧਾ ਲੀਟਰ ਪੈਟਰੋਲ ਵੀ ਨਹੀਂ ਮਿਲੇਗਾ ਵੈਨਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਅਗਲੇ ਹਫਤੇ ਵਿੱਚ 2 ਲੱਖ ਬੁਲੀਵਰ ਅਤੇ 5 ਲੱਖ ਬੁਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ ਮੌਜੂਦਾ ਸਮੇਂ ਵਿੱਚ ਵੈਨਜ਼ੁਏਲਾ 10000 20000 ਅਤੇ 50000 ਬੁਲੀਵਰ ਦੇ ਨੋਟ ਪ੍ਰਚਲਨ ਵਿੱਚ ਹਨ ਫ੍ਰਾਂਸ ਦੇ ਅਰਪਤੀ ਕਾਰੋਬਾਰੀ 올ਿਵੀਅਰ ਦਸੌਲਟ ਦੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਦਸੌਲਟ ਦੀ ਮੌਤ ਤੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੋਨ ਨੇ ਸੋਗ ਜਤਾਇਆ ਦਸੌਲਟ ਦੀ ਕੰਪਨੀ ਰਾਫੇਲ ਫਾਈਟਰ ਜੈਟ ਬਣਾਉਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦਸੌਲਟ ਛੁੱਟੀਆਂ ਮਨਾਉਣ ਲਈ ਗਏ ਜਿੱਤੇ ਉਹਨਾਂ ਦਾ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ 올ਿਵੀਅਰ ਦਸੌਲਟ ਦੇ ਪਾਇਲਟ ਦੀ ਵੀ ਮੌਤ ਹੋ ਗਈ ਦਸੌਲਟ ਫ੍ਰਾਂਸ ਦੀ ਸੰਸਦ ਦੇ ਮੈਂਬਰ ਵੀ ਸਨ ਫ੍ਰਾਂਸੀਸੀ ਉਦਯੋਗਪਤੀ ਸਰਜ ਦਸੌਲਟ ਦੇ ਸਭ ਤੋਂ ਵੱਡੇ ਪੁੱਤਰ ਅਤੇ ਦਸੌਲਟ ਦੇ ਸੰਸਥ ਮਾਰਕੀਲ ਦਾ ਸੌਲਟ ਦੇ ਪੋਤੇ ਓਲੀਵਿਅਰ ਦਾ ਸੌਲਟ ਦੀ ਉਮਰ 69 ਸਾਲ ਸੀ ਰਾਜਨੀਤਿਕ ਕਾਰਨਾ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਓਲੀਵਿਅਰ ਦੇ ਦਾ ਸੌਲਟ ਬੋਰਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ ਸਾਲ 220 ਫੋਰਬਸ ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਇਨ੍ਹਾਂ ਦਾ ਨਾਮ ਆਪਣੇ ਦੋ ਭਰਾਵਾਂ ਤੇ ਭੈਣਾਂ ਨਾਲ 136ਵੇਂ ਸਥਾਨ ਤੇ ਮਿਲਾਇਆ ਸੀ ਦਾ ਸੌਲਟ ਸਮੂਹ ਕੋਲ ਇਵਿਏਸ਼ਨ ਕੰਪਨੀ ਦੇ ਇਲਾਵਾ ਇੱਕ ਖਬਰ ਵੀ ਹੈ ਸਾਲ 2002 ਵਿੱਚ ਉਹ ਫਰਾਂਸ ਦੀ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਸਨ ਅਤੇ ਫਰਾਂਸ ਦੇ ਉਈਸ ਏਰੀਆ ਦੀ ਨੁਮਾਇੰਦਗੀ ਕਰਦੇ ਸਨ ਰਿਪਬਲਿਕਨ ਪਾਰਟੀ ਦੇ ਸੰਸਦ ਦਾ ਸੌਲਟ ਦੀ ਸੰਪਤੀ ਕਰੀਬ 7.3 ਅਮਰੀਕੀ ਡਾਲਰ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਮਨੂਵਰਨ ਕੌਰਮਾਨ ਨੂੰ ਦਿਵਾ ਗਿਆ ਦਿਖਦੇ ਹੋ ਪੰਜਾਬ ਮਿਲ ਯੂਸੀ ਟੀਵੀ ਸਾਸ਼ਟ੍ਰੀ ਆਕਾ